ਜੀ ਇਜ਼ੀ ਸਰ, ਕਲਾਸ ਅੱਜ ਕਰ ਬੇਟਾ ਸਕਦੇ ਵੱਲੋਂ ਸੀਗੇ। ਇੱਕ ਵੱਖਰਾ ਇਨੀਸ਼ੀਏਟਿਵ ਕੀਤਾ ਗਿਆ, ਤੁਸੀਂ ਵੀ ਇਸ ਦੀ ਸ਼ਿਰਕਤ ਕੀਤੀ ਹੈ, ਕਿਸ ਤਰ੍ਹਾਂ ਦੇਖਦੇ ਹੋ ਸੁਪਰਾਲੇ ਨੂੰ? ਪੀਟਾ ਜੋ ਕਿ ਇੱਕ ਇੰਟਰਨੈਸ਼ਨਲ ਐਨਜੀਓ ਹੈ ਜੋ ਕਿ ਐਨੀਮਲਸ ਦੇ ਅਗੇਂਸਟ ਜੋ ਵੀ ਕਰਿਓਲਿਟੀ ਵਾਲੇ ਕੋਈ ਐਕਟ ਹੁੰਦਾ ਵਾ ਜਾਂ ਕਿਤੇ ਵੀ ਹੁੰਦਾ ਤਾਂ ਉਹ ਪਹੁੰਚਦੇ ਨੇ। ਅੱਜ ਪੀਟਾ ਵੱਲੋਂ ਸਾਡੇ ਪੰਜਾਬ ਪੁਲਿਸ ਦੀ ਹੈਲਪ ਦੇ ਨਾਲ ਇੱਥੇ ਜੋ ਵੀ ਹਾਰਸਿਸ ਦੇ ਜੋ ਲਗਾਮ ਪਾਈ ਜਾਂਦੀ ਸੀ ਜਿਸ ਦੇ ਵਿੱਚ ਕਿ ਜੋ ਆਇਰਨ ਦੇ ਇਹ ਇੰਸਟਰੂਮੈਂਟਸ ਯੂਜ਼ ਹੁੰਦੇ ਸੀ ਜੋ ਕਿ ਕਾਫੀ ਪੇਨਫੁਲ ਹੈ ਕਿਉਂਕਿ ਜੋ ਜਦੋਂ ਹਾਰਸ ਦੀ ਲਗਾਮ ਵਗੈਰਾ ਖਿੱਚਦੇ ਆ ਇਹਦੇ ਨਾਲ ਕਾਫੀ ਪੇਨ ਹੁੰਦੀ ਹੈ। ਬਾਕੀ ਜੋ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਜੋ ਲਗਾਏ ਜਾਂਦੇ ਨੇ, ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਲੋਕਾਂ ਦੇ ਵਿੱਚ ਅਵੇਅਰਨੈਸ ਰੇਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੋ ਕਿ ਇਹ ਐਨਜੀਓ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਕਰ ਰਹੀ ਹੈ ਅਤੇ ਅਸੀਂ ਵੀ ਹਰ ਕਦਮ 'ਤੇ ਇਹਨਾਂ ਦੀ ਹੈਲਪ ਕਰਨ ਲਈ ਤਿਆਰ ਹਾਂ। ਅਗਰ ਸਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਤਰ੍ਹਾਂ ਦਾ ਐਨੀਮਲਸ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਤਾਂ ਵੀ ਵਿਲ ਟੇਕ ਐਕਸ਼ਨ ਅਗੇਂਸਟ ਦੈਮ, ਅਤੇ ਸਾਨੂੰ ਲੋਕਾਂ ਨੂੰ ਸਿੰਪਤੀ ਦੇ ਤੌਰ 'ਤੇ ਵੀ ਚਾਹੀਦਾ ਕਿ ਇਟਸ 21st ਸੈਂਚਰੀ, ਅੱਜ ਕੱਲ੍ਹ ਸਾਡੇ ਕੋਲ ਇੰਨੀ ਅਵੇਅਰਨੈਸ ਵੀ ਹੋ ਗਈ ਹੈ, ਅਸੀਂ ਇੱਕ ਥੋੜ੍ਹੇ ਜਿਹੇ ਕਿਸੇ ਬੈਨੀਫਿਟ ਦੇ ਲਈ ਜਾਨਵਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਾ ਕਰੀਏ ਅਤੇ ਸਾਨੂੰ ਐਜ਼ ਏ ਹਿਊਮਨ ਵੀ ਚਾਹੀਦਾ ਵਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਦਰਕਿਨਾਰ ਕਰੀਏ। ਐਂਡ ਅਗਰ ਤੁਸੀਂ ਵੀ ਜਦੋਂ ਵਿਆਹ ਸ਼ਾਦੀ ਕਰਦੇ ਹੋ ਅਤੇ ਆਪਣੇ ਜੋ ਰਸਮ ਬਣੇ ਆ ਤਾਂ ਇਹ ਇਨਸ਼ੋਰ ਕਰਿਆ ਕਰੋ ਕਿ ਆਪਣੀ ਖੁਸ਼ੀ ਦੇ ਵਿੱਚ ਕਿਸੇ ਐਨੀਮਲ ਨੂੰ ਦੁੱਖ ਨਾ ਹੋਵੇ। ਇਸ ਕਰਕੇ ਆਪਾਂ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਰੇਜ਼ ਕਰੀਏ ਅਤੇ ਇਸ ਚੀਜ਼ ਨੂੰ ਜੜੋਂ ਖਤਮ ਕਰਨ ਵਿੱਚ ਇਹਨਾਂ ਦੇ ਹੈਲਪ ਦੇ ਨਾਲ ਆਪਾਂ ਇਹ ਚੀਜ਼ ਖਤਮ ਕਰੀਏ। ਮੈਂ ਇਹਨਾਂ ਨਾਲ ਵੀ ਇਸ ਚੀਜ਼ ਬਾਰੇ ਗੱਲ ਕੀਤੀ ਆ ਕਿ ਜੋ ਵੀ ਇਹ ਐਨੀਮਲਸ ਦੇ ਨਾਲ ਕਰਦੇ ਨੇ ਕਿ ਇਹ ਕੋਗਨੀਜ਼ੇਬਲ ਅਫੈਂਸ ਆ ਜਾਂ ਨੋਨ ਕੋਗਨੀਜ਼ੇਬਲ ਆ। ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕਹਿੰਦੇ ਇਹ ਨੋਨ ਕੋਗਨੀਜ਼ੇਬਲ ਅਫੈਂਸ ਆ, ਇਸ ਦੇ ਵਿੱਚ ਐਫ ਆਈ ਆਰ ਵਗੈਰਾ ਨਹੀਂ ਹੁੰਦੀ ਬਟ ਇਹਦੀ DDR ਰਜਿਸਟਰ ਹੋ ਸਕਦੀ ਹੈ। ਅਗਰ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਆਊਗੀ ਅਸੀਂ ਉਹਨਾਂ ਦੇ ਖਿਲਾਫ DDR ਵੀ ਰਜਿਸਟਰ ਕਰਾਂਗੇ। ਅਤੇ ਮੇਨ ਇਸ ਚੀਜ਼ ਦਾ ਅਵੇਅਰਨੈਸ ਦਾ ਕਿਉਂਕਿ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਆ, ਆਪਾਂ ਪੁਰਾਣੇ ਟਾਈਮਸ ਦੇ ਵਿੱਚ ਦੇਖਦੇ ਸੀ ਕਿੰਨੀ ਰੇਸਿਸ ਹੁੰਦੀਆਂ ਸੀ ਐਨੀਮਲਸ ਦੀਆਂ, ਉਹਦੇ ਵਿੱਚ ਉਹਨਾਂ ਨੂੰ ਭਜਾਉਣ ਵਾਸਤੇ ਕਿੰਨਾ ਕੁੱਟਿਆ ਜਾਂਦਾ ਸੀਗਾ। ਰੀਸੈਂਟਲੀ ਆਪਣੇ ਪੰਜਾਬ ਦੇ ਵਿੱਚ ਡੋਗਸ ਦੀਆਂ ਕਾਫੀ ਰੇਸਿੰਗ ਦੇ ਇਵੈਂਟਸ ਹੁੰਦੀਆਂ ਸੀ, ਉਹ ਵੀ ਹੁਣ ਕਾਫੀ ਹੱਦ ਤੱਕ ਬੰਦ ਹੋਈਆਂ ਨੇ ਕਿਉਂਕਿ ਇੱਕ ਐਨੀਮਲ ਨੂੰ ਤੁਸੀਂ ਕਿਸੇ ਤਰ੍ਹਾਂ ਨਾਲ ਉਹਨੂੰ ਕੋਈ ਬਾਹਰਲੇ ਐਕਸਟਰਨਲ ਫੋਰਸ ਦੇ ਨਾਲ ਉਹ ਤੋਂ ਕੋਈ ਕੰਮ ਕਰਾਉਂਦੇ ਹੋ ਤਾਂ ਇੱਕ ਤਰ੍ਹਾਂ ਨਾਲ ਕਰੂਅਲਟੀ ਆ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਇੱਛਾ ਨਾਲ ਨਹੀਂ ਉਹ ਚੀਜ਼ ਕਰ ਰਿਹਾ ਹੈਗਾ। ਅਗਰ ਉਹ ਨਹੀਂ ਬੋਲ ਸਕਦਾ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਉਹਨੂੰ ਧੱਕੇ ਨਾਲ ਕੋਈ ਵੀ ਕੰਮ ਕਰਾਈਏ। ਇਸ ਕਰਕੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਅਵੇਅਰਨੈਸ ਦੀ ਲੋੜ ਆ। ਉਸ ਤੋਂ ਬਾਅਦ ਜੇ ਕੋਈ ਫਿਰ ਵੀ ਨਹੀਂ ਹਟਦਾ ਅਸੀਂ ਉਹਦੇ ਖਿਲਾਫ ਪੁਲਿਸ ਨੂੰ ਕੰਪਲੇਂਟ ਵੀ ਕਰ ਸਕਦੇ ਹਾਂ ਅਤੇ ਉਹਦੇ ਖਿਲਾਫ DDR ਵੀ ਰਜਿਸਟਰ ਹੋ। ਜੀ, ਮੇਰਾ ਨਾਮ ਨਤਾਸ਼ਾ ਹੈ ਔਰ ਮੈਂ ਪੀਟਾ ਇੰਡੀਆ ਮੈਂ ਐਡਵੋਕੇਸੀ ਆਫਿਸਰ ਹੂੰ। ਅੱਜ ਹਮਾਰੀ ਇਹ ਜੋ ਪ੍ਰੈਜੈਂਟੇਸ਼ਨ ਹੈ, ਇਹ ਡਿਸਪਲੇ ਹੈ, ਹਮ ਯਹਾਂ ਸਪਾਈਕ ਬਿਟਸ ਡਿਸਪਲੇ ਕਰ ਰਹੇ ਹੈ ਜੋ ਕਾਂਟੇ ਵਾਲੇ ਲਗਾਮ ਹੋਤੇ ਹੈ ਘੋੜੇ ਕੇ ਮੂੰਹ ਮੇਂ ਡਾਲ ਕਰ ਉਸੇ ਖੀਚੇ ਜਾਤੇ ਹੈ, ਉਸੇ ਕੰਟਰੋਲ ਕਰਨੇ ਕੇ ਲੀਏ। ਤੋ ਆਪ ਜੈਸੇ ਦੇਖ ਸਕਤੇ ਹੋ, ਫੋਰ ਐਗਜ਼ਾਮਪਲ ਐਸੇ ਕਾਂਟੇ ਵਾਲੇ ਲਗਾਮ ਹੈ ਜੋ ਬਹੁਤ ਹੀ ਜ਼ਿਆਦਾ ਕਰੂਰ ਹੈ ਔਰ ਹਮੇ ਇਸਕੋ ਬਦਲਵਾ ਕੇ ਰਿਪਲੇਸ ਕਰਕੇ ਇਹ ਦਿਆ ਹੈ ਘੋੜੇ ਵਾਲੋ ਕੋ ਫ੍ਰੀ ਮੇਂ। ਇਸੇ ਕਿਆ ਹੋਗਾ ਕਿ ਉਸਕੇ ਜੀਭ ਔਰ ਹੋਠ ਨਹੀਂ ਕਟੇਂਗੇ। ਜਬ ਹਮ ਸ਼ਾਦੀਓ ਮੇਂ ਘੋੜੇ ਪਰ ਬੈਠਤੇ ਹੈ, ਨਾਚਤੇ ਹੈ, ਆਪਣੀ ਖੁਸ਼ੀ ਮਨਾਤੇ ਹੈ, ਹਮ ਇਹ ਨਹੀਂ ਸੋਚਤੇ ਹੈ ਕਿ ਘੋੜੇ ਕੋ ਕਿਤਨਾ ਚੋਟ ਪਹੁੰਚ ਰਹਾ ਹੋਗਾ ਜਾਂ ਕਿਤਨੀ ਪਰੇਸ਼ਾਨੀ ਹੋ ਰਹੀ ਹੋਗੀ। ਤੋ ਹਮਾਰਾ ਦਰਖਵਾਸਤ ਪਹਿਲੇ ਪਬਲਿਕ ਸੇ ਹੈ ਕਿ ਮੈਰਿਜਿਸ ਮੇਂ ਆਪਣੀ ਸ਼ਾਦੀਓ ਮੇਂ ਇੱਕ ਆਲਟਰਨੇਟਿਵ ਆਪਸ਼ਨ ਚੂਜ਼ ਕਰੇ, ਜਿਸੇ ਗਾੜੀ ਬਾਈਕ ਹੋ ਗਿਆ, ਲਗਜ਼ਰੀ ਕਾਰਸ ਹੋ ਗਏ, ਐਸੇ ਵੀ ਆਲਟਰਨੇਟਿਵ ਆਪਸ਼ਨਸ ਹੈ ਅੱਜ ਕੇ ਡੇਟ ਮੇਂ ਜਿਸਮੇ ਹਮ ਕਿਸੀ ਔਰ ਕੋ ਚੋਟ ਨਹੀਂ ਪਹੁੰਚਾ ਰਹੇ ਹੈ ਔਰ ਹਮ ਗਵਰਨਮੈਂਟ ਸੇ ਇਹ ਅਪੀਲ ਕਰ ਰਹੇ ਹੈ ਕਿ ਇਸਕਾ ਯੂਜ਼ ਬੈਨ ਹੋਣੇ ਕੇ ਬਾਅਦ ਵੀ ਇਹ ਇਤਨਾ ਤਾਦਾਦ ਮੇਂ ਯੂਜ਼ ਹੋ ਰਹਾ ਹੈ ਤੋ ਇਸਕਾ ਸੇਲ ਔਰ ਮੈਨੂਫੈਕਚਰ ਵੀ ਬੈਨ ਕਰੇ। ਯੇ ਰੂਲ 8 ਆਫ ਡ੍ਰੋਟਨ ਪੈਕ ਐਨੀਮਲਸ ਐਕਟ 1965 ਕੇ ਤਹਿਤ ਆਲਰੇਡੀ ਇਲੀਗਲ ਹੈ, ਪਰ ਯੂਜ਼ ਹੋ ਇਲੀਗਲ ਯੂਜ਼ ਹੋਣੇ ਕੇ ਬਾਅਦ ਵੀ ਇਹ ਕਿਤਨੇ ਸਾਰੀ ਸਟੇਟਸ ਮੇਂ ਹਮਨੇ ਅਭੀ ਯੇ ਰੇਟਸ ਕੀਏ ਹੈ, ਫਿਰ ਵੀ ਇਹ ਇਸਤੇਮਾਲ ਹੋ ਰਹੇ ਹੈ ਕਾਫੀ ਭਾਰੀ ਨੰਬਰ ਮੇਂ। ਤੋ ਹਮ ਪੰਜਾਬ ਮੇਂ ਆਏ ਔਰ ਹਾਂਜੀ ਸਟੇਟ ਮੇਂ ਵੀ ਹੋਏ ਹੈ। ਜੀ ਸਰ, ਹਮਨੇ ਇਸਸੇ ਪਹਿਲੇ ਚੰਡੀਗੜ੍ਹ, ਮਹਾਰਾਸ਼ਟਰ, ਦਿੱਲੀ, ਇਨ ਸਾਰੀ ਏਰੀਆਜ਼ ਕੋ ਕਵਰ ਕੀਆ ਹੈ। ਪੰਚਕੂਲਾ ਹਰਿਆਣਾ ਮੇਂ ਹੈ ਤੋ ਹਮਨੇ ਵਹਾਂ ਵੀ ਕੀਆ ਹੈ ਔਰ ਹਮਨੇ ਪੰਜਾਬ ਮੇਂ ਮੋਹਾਲੀ ਵੀ ਕੀਆ ਹੈ ਇਸਸੇ ਪਹਿਲੇ। ਸੋ ਮੋਹਾਲੀ ਔਰ ਪੰਚਕੂਲਾ ਮਿਲਾ ਕੇ ਹਮਨੇ ਵਹਾਂ 100 ਜ਼ਬਤ ਕੀਏ ਥੇ, ਚੰਡੀਗੜ੍ਹ ਮੇਂ 200 ਕੀਏ ਹੈ, ਦਿੱਲੀ ਮੇਂ ਵੀ 120 ਕੇ ਕਰੀਬ ਕੀਏ ਹੈ। ਤੋ ਅਭੀ 500-600 ਸੇ ਵੀ ਜ਼ਿਆਦਾ ਸਪਾਈਕ ਬਿਟਸ ਇਨ ਸਾਰੇ ਏਰੀਆਜ਼ ਮੇਂ ਹਮਨੇ ਅਭੀ ਰਿਕਵਰ ਕੀਆ ਹੈ। ਹਮ ਲੋਗੋ ਕੋ ਕਿਆ ਮੈਸੇਜ ਦੇਣਾ ਚਾਹੀਏ? ਜੀ, ਲੋਗੋ ਕੋ ਦੋ ਮੈਸੇਜਸ ਹੈ। ਇੱਕ ਕਿ ਆਪਣੇ ਜੋ ਆਪ ਜਾਨਵਰੋਂ ਕੋ ਇਸਤੇਮਾਲ ਕਰ ਰਹੇ ਹੋ ਸ਼ਾਦੀਓ ਮੇਂ, ਉਸਕੋ ਨਾ ਇਸਤੇਮਾਲ ਕਰਕੇ ਇੱਕ ਆਲਟਰਨੇਟਿਵ ਆਪਸ਼ਨ, ਇੱਕ ਲਗਜ਼ਰੀ ਕਾਰ, ਬਾਈਕ, ਇਹ ਸਭ ਇਸਤੇਮਾਲ ਕਰੋ ਆਪਣੇ ਸ਼ਾਦੀ ਕੋ ਸਬਕੇ ਲਈ ਇੱਕ ਖੁਸ਼ੀ ਕਾ ਮੌਕਾ ਬਣਾਓ, ਕਿਉਂਕਿ ਸ਼ਾਦੀ ਇੱਕ ਪਿਆਰ ਕਾ ਸੈਲੀਬ੍ਰੇਸ਼ਨ ਹੈ, ਇੱਕ ਖੁਸ਼ੀ ਕਾ ਸੈਲੀਬ੍ਰੇਸ਼ਨ ਹੈ। ਤੋ ਉਸਮੇਂ ਹਮ ਕਿਸੀ ਜਾਨਵਰ ਕੋ ਕਿਸੀ ਬੇਜ਼ੁਬਾਨ ਕੋ ਚੋਟ ਨਾ ਪਹੁੰਚਾਏ। ਔਰ ਦੂਸਰਾ ਇਹ ਹੈ ਕਿ ਇਸਕਾ ਸੇਲ ਔਰ ਮੈਨੂਫੈਕਚਰ ਵੀ ਹਮ ਬੈਨ ਕਰੇ, ਤੋ ਹਮ ਚੀਫ ਸੈਕਰਟਰੀ ਔਰ ਇੰਡਸਟਰੀਅਲ ਡਿਪਾਰਟਮੈਂਟ ਆਫ ਪੰਜਾਬ ਸੇ ਹਮ ਇਹ ਦਰਖਵਾਸਤ ਕਰਤੇ ਹੈ ਕਿ ਇਸਕਾ ਯੂਜ਼, ਸਿਰਫ ਯੂਜ਼ ਨਹੀਂ, ਇਸਕਾ ਸੇਲ ਔਰ ਮੈਨੂਫੈਕਚਰ ਵੀ ਬੈਨ ਕੀਆ ਜਾਏ।